ਤਾਂ ਹਾਂਜੀ ਟਾਈਮ ਹੋ ਗਿਆ ਕਰੀਬ 10-11 ਦੇ ਉੱਤੇ ਅਤੇ ਹੁਣ ਆਪਾਂ ਆਪਦੇ ਵਾਸਤੇ ਕੁਝ ਵੈਜੀਟੇਬਲ ਸੈਲਡ ਦਾ ਤੁਹਾਨੂੰ ਦੱਸਿਆ ਆਪਾਂ ਸੈਲਡ ਬਹੁਤ ਜ਼ਿਆਦਾ ਪਸੰਦ ਕਰਦੇ ਖਾਣਾ। ਹਾਂਜੀ ਆਪਣਾ ਹੁਣ ਈਵਨਿੰਗ ਹੋ ਗਈ ਆ, ਹਨੇਰਾ ਹੀ ਹੋ ਗਿਆ ਆਲਮੋਸਟ, ਅਤੇ ਦੁਪਹਿਰ ਦੇ ਕੁਝ ਕੰਮ ਵੀ ਕੀਤਾ ਔਰ ਹੁਣ ਆਹ ਤੁਸੀਂ ਮੇਰੇ ਹੱਥ ਵੇਚਦੇ ਬੈਟਰੇ ਮੈਂ ਇਹ ਪਤਾ ਨਹੀਂ 2-3 ਦਿਨ ਹੋ ਗਿਆ ਵਿਖਾਵਾਂ ਤੁਹਾਨੂੰ ਆਵੇ ਇੱਥੋਂ ਪਤਾ ਨਹੀਂ ਬੰਦ ਹੋ ਗਿਆ ਚੱਲਣ ਹੀ ਹਟ ਗਿਆ ਆਹ ਰੈੱਡ ਹੋਇਆ ਆਪਣਾ। ਮੈਂ ਬਹੁਤ ਕੁਛ ਚਾਹੁੰਦਾ ਤੁਹਾਡੇ ਵਾਸਤੇ ਵੀ ਮੈਂ ਕਰਾਂ ਤੁਹਾਨੂੰ ਮੈਂ ਆਪਦੇ ਐਜ਼ ਏ ਲਾਈਫ ਦਾ ਪਾਰਟ ਬਣਾਵਾਂ ਜਿਵੇਂ ਪਹਿਲਾਂ ਵੀ ਦੱਸ ਰਿਹਾ ਵਲੋਗਾਂ 'ਚ ਵੀ ਮੈਂ ਆਪਦੀ ਲਾਈਫ ਦਾ ਪਾਰਟ ਬਣਾਵਾਂ ਤੁਹਾਨੂੰ ਆਪਦਾ ਔਰ ਤੁਸੀਂ ਮੇਰੀ ਲਾਈਫ ਸਟਾਈਲ ਦੇ ਨਾਲ ਜੁੜੇ ਰਹੋ। ਹਾਂਜੀ ਗੁੱਡ ਮਾਰਨਿੰਗ ਫਸਟ ਆਫ ਆਲ, ਔਰ ਹੁਣ ਆਪਾਂ ਉੱਠ ਕੇ ਅੱਜ ਅਤੇ ਕੱਲ੍ਹ ਆਪਾਂ ਗਏ ਕਾਲਜ, ਕਿੱਦਾਂ ਦਾ ਲੱਗਾ ਉਹ ਅਤੇ ਵਲੋਗ ਪਹਿਲਾਂ ਮੈਨੂੰ ਦੱਸੋ ਮੈਨੂੰ। ਔਰ ਅੱਜ ਇਸ ਤੋਂ ਪਹਿਲਾਂ ਮੈਂ ਪਾਊਂਗਾ ਆਪਣੇ ਜਿਹੜਾ ਪੈਨ ਡਾਊਨ ਸਟ੍ਰਾਈਕ ਸੀ ਉਹ, ਅਤੇ ਅੱਜ ਦਾ ਆਪਣਾ ਵੇਖਦੇ ਕੀ ਕਰਦੇ। ਮੈਂ ਆ ਗਿਆ ਸ਼ੋਪ 'ਤੇ ਅਤੇ ਹਜੇ ਕੁਝ ਵੀ ਕੀਤਾ ਨਹੀਂ, ਹਜੇ ਵਾਲ ਵੂਲ ਆ ਬੇਟੋ ਕਿਵੇਂ ਖਰਾਬ ਹੋਏ ਤਾਂ ਮੇਰੇ। ਮੈਂ ਕਿਹਾ ਚਲੋ ਸ਼ੁਰੂ ਕਰੀ ਅੱਜ ਦਾ ਵਲੋਗ, ਅੱਜ ਦਾ ਵਲੋਗ 'ਚ ਵੇਖਦੇ ਕੀ ਕਰਨਾ ਅੱਜ ਲਾਈਟ ਗਈ ਚਲੀ ਹੈ ਅਤੇ ਬੈਠ ਗਈ ਹਾਂ ਦੁਕਾਨ 'ਤੇ ਅਤੇ ਵੇਖਦੇ ਹੁਣ ਇਸ ਤੋਂ ਬਾਅਦ ਕੀ ਕਰਦੇ ਹਾਂ। ਅਤੇ ਫਰੈਸ਼ ਹੋ ਕੇ ਨਹਾ ਧੋ ਕੇ ਆਉਂਦੀਆਂ ਗੱਲਾਂ ਬਾਤਾਂ ਕਰਦੇ ਹਾਂ, ਅੱਜ ਦਾ ਪਲੈਨ ਬਣਾਉਂਦੇ ਹਾਂ ਕੁਝ ਸਪੈਸੀਫਿਕ, ਕੁਝ ਵੱਖਰਾ ਕਰਦੇ ਹਾਂ। ਫਿਰ ਕਾਲਜ ਦਾ ਅੱਜ ਦਾ ਪੈਨ ਡਾਊਨ ਸਟ੍ਰਾਈਕ ਹੁੰਦਾ ਵੀ ਵਲੋਗ ਪਾਉਣਾ ਵਾ, ਠੀਕ ਹੈ, ਅਤੇ ਤੁਸੀਂ ਸਪੋਰਟ ਕਰਿਓ, ਉਹਨੂੰ ਸ਼ੇਅਰ ਕਰਿਓ, ਠੀਕ ਹੈ। ਅਤੇ ਉਸ ਤੋਂ ਇਲਾਵਾ ਕੁਝ ਹੋਰ ਹੋਇਆ ਮੈਂ ਦੱਸਾਂਗਾ ਬਾਅਦ 'ਚ, ਅਤੇ ਫਿਰ ਮਿਲਦੇ ਇਸ ਤੋਂ ਬਾਅਦ, ਠੀਕ ਹੈ। ਤਾਂ ਹਾਂਜੀ ਟਾਈਮ ਹੋ ਗਿਆ ਕਰੀਬ 10-11 ਦੇ ਉੱਤੇ ਅਤੇ ਹੁਣ ਆਪਾਂ ਆਪਦੇ ਵਾਸਤੇ ਕੁਝ ਵੈਜੀਟੇਬਲ ਸੈਲਡ ਦਾ ਤੁਹਾਨੂੰ ਦੱਸਿਆ ਆਪਾਂ ਸੈਲਡ ਬਹੁਤ ਜ਼ਿਆਦਾ ਪਸੰਦ ਕਰਦੇ ਖਾਣਾ, ਅਤੇ ਇਹਨੂੰ ਕੀ ਕਹਿੰਦੇ ਆਪਣੇ ਸ਼ਲਗਮ ਮੂਲੀਆਂ ਉਹ ਲੈ ਕੇ ਆਪਾਂ ਫਿਰ ਦੋਵੇਂ ਸਲਾਦ ਖਾਵਾਂਗੇ ਕੁਝ ਸਮਾਂ, ਅਤੇ ਉਸ ਤੋਂ ਬਾਅਦ ਵੇਖਦੇ ਮਾਹੌਲ ਦਾ ਕੀ ਬਣਦਾ, ਫਿਰ ਕਰਦੇ ਅਗਲੇ ਦਿਨ ਦੀ ਦਿਨ ਚਰਿਆ। ਅਤੇ ਤੁਸੀਂ ਵੀ ਸੈਲਡ ਸੁਲਡ ਖਾਂਦੇ ਰਿਹਾ ਕਰੋ ਬਾਈ, ਸਲਾਦ ਸੁਲਦ ਖਾਇਆ ਕਰੋ, ਸਿਹਤ ਫਿੱਟ ਰੱਖਿਆ ਕਰੋ। ਹੋਏ ਜੀ ਓਏ, ਤਾਂ ਹਾਂਜੀ ਜਿੱਦਾਂ ਕਿ ਆਪਾਂ ਸੈਲਡ ਵਗੈਰਾ ਲੈ ਲਿਆ ਅਤੇ ਆਪਾਂ ਨੂੰ ਇਹ ਹੁੰਦਾ ਵੀ ਇਹ ਚੀਜ਼ਾਂ ਖਾ ਲੈਣੀਆਂ ਚਾਹੀਦਾ ਜਲਦੀ, ਔਰ ਇਹਦੇ ਨਾਲ ਕੀ ਆਪਣਾ ਫਾਇਦਾ ਆਪਦੀ ਸਿਹਤ ਦਾ, ਕਿਉਂਕਿ ਜਿਹੜੀਆਂ ਚੀਜ਼ਾਂ ਇਹ ਖਾਂਦੇ ਪਏ ਨਾ, ਹਾਂ ਇਹ ਚੀਜ਼ਾਂ ਖਾਂਦੇ ਪਏ ਆਪਾਂ ਹੱਲ, ਇਹਨਾਂ ਵਿੱਚ ਪਾਣੀ ਦੀ ਮਾਤਰਾ ਦੀ ਜ਼ਿਆਦਾ ਜਿਹਦੇ ਨਾਲ ਆਪਣੇ ਬਲੱਡ ਸਾਫ਼ ਹੁੰਦਾ ਵਾ, ਔਰ ਪਲੱਸ ਆਪਣੀ ਜਿਹੜੀ ਫੇਸ ਆ ਉਹਦੇ 'ਤੇ ਜਿਵੇਂ ਆਹ ਪਿੰਪਲ ਹੋ ਰਹੇ ਨਾ, ਇਹ ਮੈਂ ਵਾਹਵਾ ਦਿਨ ਹੋ ਗਏ ਸੈਲਡ ਨਹੀਂ ਖਾਧਾ, ਉਹਦੇ ਕਰਕੇ ਡਰਾਈ ਹੋਣ ਲੱਗ ਪਈ ਸਕਿਨ, ਤਾਂ ਪਿੰਪਲ ਨਿਕਲ ਲੱਗ ਪਿਆ। ਹੁਣ ਆਹ ਸੈਲਡ ਵਗੈਰਾ ਮੈਨੂੰ ਤਾਂ ਇਹ ਚੀਜ਼ਾਂ ਬਹੁਤ ਪਸੰਦ ਆ, ਲਾਈਕ ਕਿਊਕੰਬਰ, ਖੀਰਾ, ਮੂਲੀਆਂ ਅਤੇ ਸ਼ਲਗਮ, ਅਤੇ ਖਾ ਲਿਆ ਕਰੋ ਤੁਸੀਂ, ਵਧੀਆ ਇੰਜੋਏ ਕਰਿਆ ਕਰੋ, ਆਪਾਂ ਤਾਂ ਖਾਂਦੇ ਦੁਬਾਰਾ ਮਿਲਦੇ ਖਾ ਕੇ ਤੋਂ। ਹਾਂਜੀ ਆਪਣਾ ਹੁਣ ਈਵਨਿੰਗ ਹੋ ਗਈ ਆ, ਹਨੇਰਾ ਹੀ ਹੋ ਗਿਆ ਆਲਮੋਸਟ, ਅਤੇ ਦੁਪਹਿਰ ਦੇ ਕੁਝ ਕੰਮ ਵੀ ਕੀਤਾ ਔਰ ਹੁਣ ਆਹ ਤੁਸੀਂ ਮੇਰੇ ਹੱਥ ਵੇਚਦੇ ਬੈਟਰੇ ਮੈਂ ਇਹ ਪਤਾ ਨਹੀਂ 2-3 ਦਿਨ ਹੋ ਗਿਆ ਵਿਖਾਵਾਂ ਤੁਹਾਨੂੰ ਆਵੇ ਇੱਥੋਂ ਪਤਾ ਨਹੀਂ ਬੰਦ ਹੋ ਗਿਆ ਚੱਲਣ ਹੀ ਹਟ ਗਿਆ, ਆਹ ਰੈੱਡ ਹੋਇਆ ਆਪਣਾ ਅਤੇ ਊਂ ਚੱਲਦਾ ਹੀ ਆ, ਕੁਝ ਦਿਨ ਹੋ ਗਏ ਚੱਲਦੇ ਨਹੀਂ ਪਏ, ਪਤਾ ਨਹੀਂ ਕੀ ਪ੍ਰੋਬਲਮ। ਹੁਣ ਇਹਨੂੰ ਵੀ ਮੈਂ ਸੈੱਟ ਕਰਨਾ ਅੱਜ, ਅਤੇ ਮੋਨੂੰ ਆਇਆ ਬੈਠਾ ਇੱਧਰੋਂ ਅਤੇ ਇਹਨੂੰ ਕਰਕੇ ਮੈਂ ਵੇਚਦਾ, ਖੋਲ੍ਹ ਕੇ ਚੈੱਕ ਕਰਦਾ ਜੇ ਸੈੱਟ ਹੋ ਗਿਆ ਤਾਂ, ਨਹੀਂ ਤਾਂ ਇਹਨੂੰ ਚੇਂਜ ਕਰਵਾ ਨਾ ਉਹ ਕਰਵਾਉਣਾ ਪੈਣਾ ਮੋਗੋ ਸੈੱਟ, ਅਤੇ ਹੋ ਜਾਵੇ ਤਾਂ ਵਧੀਆ ਯਾਰ।
ਮੈਨੂੰ ਵੀ ਥੋੜ੍ਹਾ ਫਾਇਦਾ ਹੋ ਜਾਊਗਾ ਕਿਉਂਕਿ ਟ੍ਰਿਮਰ ਇੱਕ ਤੋਂ ਹੈਗੇ ਉਹ ਫਿਰ ਚਾਰਜ ਕੇ ਬੰਦ ਹੋ ਜਾਂਦਾ ਫਿਰ ਇਹ ਕੰਮ ਆ ਜਾਂਦੀ ਇਹਨੂੰ ਮੈਂ ਕਰਦਾ ਵਾਂ ਫਿਰ ਮਿਲਦਾ ਮੈਂ ਕਿਹਾ ਚਲੋ ਪਹਿਲਾਂ ਤੁਹਾਨੂੰ ਮੈਂ ਚੈੱਕ ਵਿਖਾ ਉਹ ਦੱਸਤਾ ਦਿੱਤਾ ਪ੍ਰੋਬਲਮ ਅਤੇ ਮੈਂ ਕਿਹਾ ਇੱਕ ਵਾਰੀ ਵਿਖਾ ਵੀ ਦੇਵਾਂ ਆਹ ਵੇਖੋ ਰੈੱਡ ਹੋਈ ਪਈ ਆ ਇਹ ਨਾ ਔਨ ਆਫ ਦਾ ਬਟਨ ਆ ਆ ਵੇ ਆਫ ਹੋ ਗਈ ਆਹ ਔਨ ਹੋ ਗਈ ਪਰ ਚੱਲਦੀ ਨਹੀਂ ਪਈ ਪਤਾ ਕੀ ਚੱਕਰ ਆ ਅਤੇ ਇਹਨੂੰ ਮੈਂ ਵੇਖਦਾ ਖੋਲ੍ਹ ਕੇ ਜੇ ਹੋ ਗਿਆ ਤਾਂ ਯਾਰ ਮੈਨੂੰ ਵਧੀਆ ਹੋ ਜਾਊ ਟ੍ਰਿਮਰ ਦਾ ਨਹੀਂ ਤਾਂ ਮੇਰਾ ਇੱਕ ਟ੍ਰਿਮਰ ਖਰਾਬ ਹੋ ਜਾਊਗਾ ਆਹ ਮੈਂ ਖੋਲ੍ਹ ਲਿਆ ਸੀਗਾ ਅਤੇ ਪਤਾ ਨਹੀਂ ਕਿਵੇਂ ਇਹਦੇ 'ਚ ਆਹ ਜਿਹੜਾ ਦੇਖਦੇ ਪਏ ਨਾ ਆਹ ਵਾਈਟ ਸਿਲਵਰ ਦੇ ਛੋਟਾ ਪੁਆਇੰਟ ਇੱਥੇ ਵਾਲ ਬਹੁਤ ਫਸੇ ਹੋਏ ਸੀਗੇ ਅਤੇ ਉਹ ਵੀ ਪਤਾ ਨਹੀਂ ਲੌਂਗ ਹੇਅਰ ਸ਼ਾਇਦ ਪਤਾ ਨਹੀਂ ਕਿੱਥੋਂ ਫਸ ਗਏ ਕਿਵੇਂ ਨਹੀਂ ਤਾਂ ਟ੍ਰਿਮਰ ਛੋਟੇ ਵਾਲ ਹੀ ਯੂਜ਼ ਕਰਦਾ ਮੈਂ ਅਤੇ ਮੈਂ ਕਿਹਾ ਯਾਰ ਆਹ ਤਾਂ ਪ੍ਰੋਬਲਮ ਮੈਂ ਕਿਹਾ ਸ਼ਾਇਦ ਮੋਟਰ ਖਰਾਬ ਹੋ ਗਈ ਇਹਦੀ ਮੋਟਰ ਹੁੰਦੀ ਆ ਇੱਥੇ ਆਹ ਪੁਆਇੰਟ ਨਹੀਂ ਜਿਹੜਾ ਆਹ ਜਿਹੜਾ ਇਹ ਪੁਆਇੰਟ 'ਚ ਮੋਟਰ ਆ ਅਤੇ ਮੈਂ ਵੇਖਿਆ ਛੱਡ ਕੇ ਅਤੇ ਚੱਲ ਪਈ ਆਵੇ ਚੱਲ ਪਈ ਫਾਇਦਾ ਆ ਗਿਆ ਆਪਣੇ ਟ੍ਰਿਮਰ ਦਾ ਚਲੋ ਹੁਣ ਇਹਨੂੰ ਸੈੱਟ ਕਰਾਂ ਵਾ ਵਧੀਆ ਹੋ ਗਿਆ ਫਾਇਦਾ ਹੋ ਗਿਆ ਨਹੀਂ ਤਾਂ ਮੈਂ ਔਖਾ ਹੋ ਗਿਆ ਜੀ ਇਹਦੇ ਬਿਨਾਂ ਹਾਂਜੀ ਆਪਾਂ ਆਲਮੋਸਟ ਟ੍ਰਿਮਰ ਆਪਣਾ ਸੈੱਟ ਕਰ ਲਿਆ ਵੇਖ ਲਿਆ ਤੁਸੀਂ ਕੰਮ ਵੀ ਕਰ ਲਿਆ ਫਿਰ ਥੋੜ੍ਹਾ ਜਿਹਾ ਉਸ ਤੋਂ ਬਾਅਦ ਹੁਣ ਕੁਛ ਸਮਾਂ ਕੁਝ ਹੋਰ ਕੰਮ ਦੀ ਕੋਸ਼ਿਸ਼ ਵਿਹਲੇ ਬੈਠੇ ਹਾਂ ਠੀਕ ਆ ਕੁਝ ਨਾ ਕੁਝ ਖੁਰਾਫਾਤੀ ਆਈਡੀਆ ਲਾਉਂਦੀ ਹਾਂ ਅਤੇ ਦੱਸ ਦੂੰਗਾ ਅਗਰ ਹੋਇਆ ਤਾਂ ਨਹੀਂ ਤਾਂ ਫਿਰ ਇਸ ਤੋਂ ਬਾਅਦ ਮਿਲਾਂਗੇ ਕੱਲ੍ਹ ਦੇ ਵਲੌਗ 'ਚ ਠੀਕ ਆ ਅਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਚੈਨਲ ਸਬਸਕ੍ਰਾਈਬ ਔਰ ਇੱਦਾਂ ਦੇ ਵਲੌਗ ਇਦੋਂ ਹੀ ਵਧੀਆ ਵਲੌਗ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਔਰ ਜਲਦੀ ਆਪਾਂ ਇਦੋਂ ਵਧੀਆ ਵਧੀਆ ਕੰਟੈਂਟ ਲਿਆਵਾਂਗੇ ਆਈ ਹੋਪ ਤੁਸੀਂ ਮੇਰੇ ਨਾਲ ਬਣੇ ਰਹੋ ਸਪੋਰਟ ਕਰਦੇ ਰਹੋ ਦਿਲੋਂ ਠੀਕ ਆ ਕਿਉਂਕਿ ਮੈਂ ਬਹੁਤ ਕੁਛ ਚਾਹੁੰਦਾ ਤੁਹਾਡੇ ਵਾਸਤੇ ਮੈਂ ਬਹੁਤ ਕੁਛ ਚਾਹੁੰਦਾ ਤੁਹਾਡੇ ਵਾਸਤੇ ਵੀ ਮੈਂ ਕਰਾਂ ਤੁਹਾਨੂੰ ਮੈਂ ਆਪਦੇ ਐਜ਼ ਏ ਲਾਈਫ ਦਾ ਪਾਰਟ ਬਣਾਵਾਂ ਜਿਵੇਂ ਮੈਂ ਪਹਿਲਾਂ ਵੀ ਦੱਸ ਰਿਹਾ ਵਲੌਗਾਂ 'ਚ ਭਾਈ ਮੈਂ ਆਪਦੀ ਲਾਈਫ ਦਾ ਪਾਰਟ ਬਣਾਵਾਂ ਤੁਹਾਨੂੰ ਆਪਦਾ ਔਰ ਤੁਸੀਂ ਮੇਰੀ ਲਾਈਫ ਸਟਾਈਲ ਦੇ ਨਾਲ ਜੁੜੇ ਰਹੋ ਔਰ ਆਪਾਂ ਗਰਾਊਂਡ ਤੋਂ ਲੈ ਕੇ ਜਿੱਥੋਂ ਵੀ ਆਪਾਂ ਜਾ ਸਕਦੇ ਹਾਂ ਉੱਥੋਂ ਤੱਕ ਜਾਈਏ ਔਰ ਹਰ ਇੱਕ ਜਰਨੀ ਮੇਰੀ ਤੁਹਾਡੇ ਨਾਲ ਸੇਵ ਤਾਂ ਮੈਨੂੰ ਖੁਸ਼ੀ ਹੋ ਗਈ ਆਉਣ ਵਾਲੇ ਕੁਝ ਸਮੇਂ ਬਾਅਦ ਆਈ ਡੋਂਟ ਨੋ ਕਿੰਨੇ ਟਾਈਮ ਬਾਅਦ ਮੈਂ ਆਪਦੀਆਂ ਇਹ ਦਿਨਾਂ ਨੂੰ ਯਾਦ ਕਰੂੰਗਾ ਅੱਜ ਮੈਂ ਬੈਠਾ ਪਤਾ ਨਹੀਂ ਮੈਂ ਕਿੰਨੇ ਸਾਲਾਂ ਬਾਅਦ ਇਹ ਵੀਡੀਓ ਨੂੰ ਵੇਖਣ ਵਲੌਗ ਨੂੰ ਵੇਖਣ ਅਤੇ ਮੈਂ ਉਦੋਂ ਕਿੰਨਾ ਉਹ ਸੋਚੂੰਗਾ ਯਾਰ ਮੈਂ ਆਪਦੀ ਲਾਈਫ 'ਚ ਕੀ ਕੁਝ ਮੈਂ ਅਚੀਵ ਕੀਤਾ ਉਹ ਔਰ ਮੈਨੂੰ ਬੜੀ ਹੁੰਦੀ ਆ ਫੇਮਸ ਹੋਣ ਦਾ ਮੈਨੂੰ ਪਤਾ ਨਹੀਂ ਗਾ ਮੈਂ ਭਾਈ ਭਾਵੇਂ ਫੇਮਸ ਨਾ ਹਾਂ ਚਲੋ ਧੰਨਵਾਦ ਆ ਰੱਬ ਦਾ ਜਿਵੇਂ ਵੀ ਆ ਜਿੱਥੇ ਹੈਗਾ ਵਾ ਮੈਂ ਖੁਸ਼ ਹਾਂ ਬਹੁਤ ਜ਼ਿਆਦਾ ਪਰ ਆਪਦੀ ਲਾਈਫ ਨੂੰ ਮੈਂ ਇਹਦੇ 'ਚ ਕੈਚ ਕਰ ਰਿਹਾ ਅਤੇ ਬਾਕੀ ਵੇਖਦੇ ਹਾਂ ਔਰ ਤੁਹਾਡੀ ਸਪੋਰਟ ਚਾਹੀਦੀ ਆ ਤੁਸੀਂ ਬਣੇ ਰਹੋ ਨਾਲ ਠੀਕ ਹੈ ਔਰ ਮਿਲਦੇ ਇੱਦਾਂ ਦੇ ਵਲੌਗਾਂ ਨਾਲ ਔਰ ਨਵੇਂ ਕੰਟੈਂਟ ਨਾਲ ਠੀਕ ਹੈ ਥੈਂਕ ਯੂ ਸੋ ਮਚ ਅਤੇ ਜੇ ਹੋਇਆ ਕੁਛ ਸਪੈਸੀਫਿਕ ਸ਼ੇਅਰ ਕਰੂੰਗਾ ਨਹੀਂ ਤਾਂ ਅਗਲੇ ਵਲੌਗ 'ਚ ਮਿਲਣ ਠੀਕ ਹੈ